ਕਾਂਗਰਸ ਸਰਕਾਰ ਲੋਕਾਂ ਉੱਪਰ ਮੁਗਲਾਂ ਅਤੇ ਅੰਗਰੇਜ਼ਾਂ ਨਾਲੋਂ ਵੀ ਵੱਧ ਜ਼ੁਲਮ ਕਰ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਉੱਪਰ ਮੁਗਲਾਂ ਅਤੇ ਅੰਗਰੇਜ਼ਾਂ ਨਾਲੋਂ ਵੀ ਵੱਧ ਜ਼ੁਲਮ ਕਰ ਰਹੀ ਹੈ। ਉਹ ਪਟਿਆਲਾ ਦੇ ਮਹਿਮਦਪੁਰ ਵਿਖੇ 7 ਅਕਤੂਬਰ ਨੂੰ ਕਾਂਗਰਸ ਦੇ ਜ਼ਬਰ ਅਤੇ ਜ਼ੁਲਮ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੀ ਹੋ ਰਹੀ ਵਿਸ਼ਾਲ ਰੈਲੀ ਦੀ ਲਾਮਬੰਦੀ ਲਈ ਪਟਿਆਲਾ ਦਿਹਾਤੀ ਅਤੇ ਪਟਿਆਲਾ ਸ਼ਹਿਰੀ ਹਲਕੇ ਦੀਆਂ ਮੀਟਿੰਗਾਂ ਮੌਕੇ ਜੁੜੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਪੰਜਾਬ ਦੇ ਲੋਕ ਝੂਠੇ ਲੋਕਾਂ ਨੂੰ ਸਿਰਫ ਇੱਕ ਵਾਰ ਮੌਕਾ ਦਿੰਦੇ ਹਨ ਅਤੇ ਮੁੜ ਕੇ ਘਰਾਂ ਵਿੱਚ ਬਿਠਾ ਦਿੰਦੇ ਹਨ ਅਤੇ ਉਹ ਕਾਂਗਰਸ ਨੂੰ ਵੀ ਕਦੇ ਮਾਫ਼ ਨਹੀਂ ਕਰਨਗੇ। ਪਟਿਆਲਾ ਤੋਂ ਅਜੀਤ ਵੈੱਬ ਟੀਵੀ ਲਈ ਅਮਨਦੀਪ ਸਿੰਘ ਦੀ ਰਿਪੋਰਟ। 70 ਸਾਲ ਦੀ ਸਿਆਸੀ ਜ਼ਿੰਦਗੀ ਹੈ ਮੇਰੀ। 70 ਸਾਲਾਂ 'ਚ ਜਿਸ ਤਰ੍ਹਾਂ ਐਤਕੀ ਵੋਟਾਂ ਦੇ ਡਾਕਾ ਪਿਆ, ਕਦੇ ਡਾਕਾ ਨਹੀਂ ਪਿਆ। ਸੁਣਦੇ ਹੁੰਦੇ ਸਾਂ ਕਿ ਬਿਹਾਰ ਅਤੇ ਬੰਗਾਲ ਜਦੋਂ ਇਲੈਕਸ਼ਨ ਆਉਂਦੇ ਹੈ, ਲੜਕੇ 20-30 ਬੰਦੇ ਹਥਿਆਰਬੰਦ ਆ ਜਾਂਦੇ ਹੈ ਔਰ ਆ ਕੇ ਬੂਥਾਂ 'ਤੇ ਕਬਜ਼ਾ ਕਰਕੇ ਅਤੇ ਕਹਿ ਦਿੰਦੇ ਆ ਇਲੈਕਸ਼ਨ ਹੋ ਗਿਆ, ਬਾਕੀ ਵੋਟਰ ਵੋਟ ਜਾਓ। ਐਤਕੀ ਜਿਹੜਾ ਹੋਇਆ ਉਹ ਬਿਹਾਰ ਅਤੇ ਬੰਗਾਲ 'ਚੋਂ ਵੀ ਜ਼ਿਆਦਾ ਹੋਇਆ ਅਤੇ ਇਕੱਲਾ ਇਹ ਨਹੀਂ, ਆਰੰਭ ਤੋਂ ਪਹਿਲਾਂ ਤਾਂ ਨੋਮੀਨੇਸ਼ਨ ਪੇਪਰ ਰਿਜੈਕਟ ਕੀਤੇ, ਫਿਰ ਬੂਥ ਕੈਪਚਰਿੰਗ ਕੀਤੀ, ਫਿਰ ਵੀਰੋ ਜਿਹੜੇ ਹਾਰੇ ਸਨ ਉਹਨਾਂ ਨੂੰ ਜੇਤੂ ਕਰਾਰ ਕੀਤਾ, ਜੇਤੂਆਂ ਨੂੰ ਹਾਰੇ ਕਰਾਰ ਕੀਤਾ। ਇਹ ਕੋਈ ਸਧਾਰਨ ਗੱਲ ਨਹੀਂ। ਇਸ ਲਈ ਸਭ ਤੋਂ ਵੱਡਾ ਮੁੱਦਾ ਜੋ ਇਹ ਰੈਲੀ ਦਾ ਉਹ ਹੈ ਕਿ ਸਾਡੇ ਵੋਟ ਦੇ ਅਧਿਕਾਰ 'ਤੇ ਇਹ ਹਮਲਾ ਹੋਇਆ ਔਰ ਐਮਰਜੈਂਸੀ ਜਿਹੜੀ ਇੱਥੇ ਲੱਗੀ ਸੀ ਉਸ ਤੋਂ ਵੀ ਵੱਧ ਹੋਇਆ। ਪੰਜਾਬੀਓ, ਤੁਸੀਂ ਬੜੇ ਤਕੜੇ ਹੋ ਕੇ ਲੜਾਈਆਂ ਲੜੀਆਂ, ਅੰਗਰੇਜ਼ਾਂ ਨਾਲ ਵੀ ਲੜੀਆਂ ਅਤੇ ਕਾਂਗਰਸ ਨਾਲ ਵੀ ਤੁਸੀਂ ਪੰਜਾਬ ਦੇ ਮਸਲਿਆਂ ਖਾਤਰ ਬਹੁਤ ਲੜਾਈਆਂ ਲੜੀਆਂ। ਭਾਈ ਰੈਲੀ ਜਿਹੜੀ ਹੈ ਜੋ ਬੇਇਨਸਾਫੀ ਹੋਈ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਇਲੈਕਸ਼ਨਾਂ 'ਚ ਧਾਂਦਲੀ ਹੋਈ ਹੈ, ਲੋਕਾਂ ਦਾ ਵੋਟ ਦਾ ਅਧਿਕਾਰ ਲਿਆ, ਉਹਦੇ ਖਿਲਾਫ਼ ਪ੍ਰੋਟੈਸਟ ਰੈਲੀ ਹੈ, ਜ਼ੁਲਮ ਜ਼ਬਰ ਬੇਇਨਸਾਫੀ ਦੇ ਖਿਲਾਫ਼ ਰੈਲੀ। ਇਹ ਕਹਿ ਕੇ ਕਾਂਗਰਸ ਵਾਲੇ ਉਹਨਾਂ ਲੋਕਾਂ ਨਾਲ ਮਿਲੇ ਹੈ ਜਿਹੜੇ ਫਿਰ ਪੰਜਾਬ 'ਚ ਉਹ ਵੇਲਾ ਲਾਉਣਾ ਚਾਹੁੰਦੇ ਪੁਰਾਣਾ, ਉਹਨਾਂ ਦੀ ਮਿੱਤਰਤਾ ਅਤੇ ਇੱਕ ਅਮਨ ਸ਼ਾਂਤੀ ਭਾਈਚਾਰਕ ਸਾਂਝ ਵਾਸਤੇ। ਇਹਨੇ ਸਾਨੂੰ ਕੀ ਬੈਠੇ ਰਹਿਣ ਜੀ, ਅਸੀਂ ਸਾਡਾ ਸਾਨੂੰ ਕੀ ਫਰਕ ਪੈਂਦਾ। ਇਹੀ ਹੈ ਨਾ, ਕੈਪਟਨ ਸਾਹਿਬ ਅਤੇ ਉਹ ਇੱਕ ਨ ਸਮਝੋ, ਅਤੇ ਉਹਨਾਂ ਦਾ ਮੁੱਦਾ ਕੀ ਹੈ, ਉਹੀ ਲੋਕ ਹੈ ਜਿਨ੍ਹਾਂ ਨੇ ਪਹਿਲਾਂ ਪੰਜਾਬ 'ਚ ਅਮਨ ਸ਼ਾਂਤੀ ਭੰਗ ਕੀਤੀ ਹੈ। ਅਸੀਂ ਉਹਦੇ ਖਿਲਾਫ਼ ਫਰੀਦਕੋਟ ਵੀ ਰੈਲੀ ਕੀਤੀ ਹੈ ਔਰ ਸਾਰੀ